ਤੁਸੀਂ ਦੇਖਦੇ ਪਏ ਜੀ ਮੇਰੇ ਨਾਲ ਤਸਵੀਰਾਂ ਜਿਹੜੀਆਂ ਕਿ ਇਸ ਟਾਈਮ ਸੋਲ ਦੇ ਲਾਗੇ ਦੀਆਂ ਤਸਵੀਰਾਂ ਨੇ, ਬਿਲਕੁਲ ਸੋਲ ਦੇ ਲਾਗੇ ਅਸੀਂ ਇਸ ਟਾਈਮ ਕਵਰਿੰਗ ਕਰਦੇ ਪਏ ਹਾਂ। ਤੁਸੀਂ ਦੇਖਦੇ ਪਏ ਹੋ ਵੀ ਇੱਕ ਗੱਡੀ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਹੈ ਜਿਹੜਾ ਜਿਹਦਾ ਨੰਬਰ ਤੁਸੀਂ ਦੇਖਦੇ ਪਏ ਹੋ PB06AJ8753 ਕਰਕੇ ਆ। ਇਹ ਮੋਟਰਸਾਈਕਲ ਜਿਹੜਾ ਆ ਇਸ ਗੱਡੀ ਦੇ ਨਾਲ ਜਿਹੜਾ ਆ ਐਕਸੀਡੈਂਟ ਹੋਇਆ ਆ। ਤੁਸੀਂ ਦੇਖਦੇ ਪਏ ਹੋ ਇਸ ਟਾਈਮ ਮੇਰੇ ਨਾਲ ਤਸਵੀਰ ਆ DPC ਪੰਜਾਬੀ ਦੇ ਉੱਤੇ ਪਿੰਡ ਸੋਲ ਦੇ ਕੋਲ ਬਿਲਕੁਲ ਜਿਹੜਾ ਆ ਹਾਈਵੇ ਦੇ ਉੱਤੇ ਜਿਹੜਾ ਇਹ ਐਕਸੀਡੈਂਟ ਹੋਇਆ ਆ ਅਤੇ ਗੱਡੀ ਜਿਹੜੀ ਆ ਪੂਰੀ ਤਰ੍ਹਾਂ ਪਲਟ ਚੁੱਕੀ ਹੈ ਅਤੇ ਸਵਾਰੀਆਂ ਜਿਹੜੀਆਂ ਨੇ ਇਸ ਟਾਈਮ ਸ਼ਾਇਦ ਹੌਸਪੀਟਲ ਲੈ ਕੇ ਜਾ ਚੁੱਕੇ ਨੇ। ਅਤੇ ਬਾਕੀ ਜਿਹੜਾ ਆ ਤੁਸੀਂ ਦੇਖਦੇ ਪਏ ਹੋ ਗੱਡੀ ਦਾ ਨੰਬਰ ਜਿਹੜਾ ਆ ਇਹ ਵੀ ਤੁਸੀਂ ਨੋਟ ਕਰ ਸਕਦੇ ਹੋ। ਇਸ ਟਾਈਮ ਗੱਡੀ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਪਲਟ ਚੁੱਕੀ ਹੈ, ਸਵਾਰੀਆਂ ਜਿਹੜੀਆਂ ਨੇ ਮੇਰੇ ਖਿਆਲ ਨਾਲ ਕਾਫੀ ਜ਼ਿਆਦਾ ਇੰਜਰਡ ਹੋਈਆਂ ਨੇ। ਅਤੇ ਇਹ ਬਿਲਕੁਲ ਸੋਲ ਦੇ ਲਾਗੇ ਤਾਗੇ ਦੀਆਂ ਜਿਹੜੀਆਂ ਤਸਵੀਰਾਂ ਨੇ। ਇੱਕ ਗੱਡੀ ਇੱਥੇ ਹੋਰ ਵੀ ਜਿਹੜੀ ਹੈ ਲਾਗੇ ਲੱਗੀ ਹੋਈ ਹੈ, ਸ਼ਾਇਦ ਇਹ ਆਣ ਕੇ ਬੈਕ ਤੋਂ ਲੱਗੀ ਹੈ। ਬਾਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿਵੇਂ ਅਤੇ ਕਿਸ ਤਰ੍ਹਾਂ ਹੋਇਆ। ਜਿਹੜੀ ਇੱਕ ਗੱਡੀ ਹੋਰ ਹੈ ਜਿਹੜੀ ਕਿ ਤੁਸੀਂ ਦੇਖਦੇ ਪਏ ਹੋ ਵੀ ਇਸ ਟਾਈਮ ਜਿਹੜਾ ਆ ਤੁਸੀਂ ਦੇਖਦੇ ਪਏ ਹੋ ਇਸ ਟਾਈਮ ਕਿ ਪੂਰੀ ਤਰ੍ਹਾਂ ਜਿਹੜੇ ਆ ਗੱਡੀ ਇਹ ਵੀ ਲੱਗੀ ਹੈ। ਅਤੇ ਇਸ ਗੱਡੀ ਦੇ ਓਨਰ ਹੈਗੇ ਨਾਲ ਇੱਥੇ? ਹਾਂਜੀ ਕੀ ਤੁਸੀਂ ਜੇ? ਅੱਛਾ ਤੁਹਾਡੇ ਡਰਾਈਵਰ ਸੀ? ਅੱਛਾ ਠੀਕ ਆ, ਟੈਕਸੀ ਪਰਮਿਟ ਆ। ਅਤੇ ਤੁਸੀਂ ਕਿੱਥੋਂ ਆ ਰਹੇ ਸੀ? ਇਹ ਮੁੰਡਾ ਲੈ ਕੇ ਆ ਰਿਹਾ ਸੀ ਪਠਾਨਕੋਟੋਂ। ਹਾਂਜੀ ਅਤੇ ਅਸੀਂ ਤਾਂ ਹੁਣ ਮਗਰ ਪਹੁੰਚੇ ਹਾਂ। ਹਾਂਜੀ ਹਾਂਜੀ, ਅਸਾਂ ਪਠਾਨਕੋਟ ਮੁੰਡਾ ਲੈ ਕੇ ਆ ਰਿਹਾ ਸੀ। ਹਾਂਜੀ ਅਤੇ ਕਿਸ ਤਰ੍ਹਾਂ ਮਤਲਬ ਐਕਸੀਡੈਂਟ ਕਿਸ ਤਰ੍ਹਾਂ ਹੋਇਆ? ਇਹ ਮੋਟਰਸਾਈਕਲ ਜਿਹੜਾ ਸੀ ਰੋਂਗ ਸਾਈਡ ਸੀ। ਹਾਂਜੀ ਪਹਿਲੇ ਵੱਜਿਆ ਵਰਨਾ ਗੱਡੀ 'ਚੋਂ, ਫਿਰ ਉਹ ਚੁਕੋ ਕੇ ਅਤੇ ਇਹਦੇ ਅੱਗੇ ਪਿਆ। ਹਾਂ ਅਤੇ ਇਸ ਟਾਈਮ ਕੀ ਹਾਲਾਤ ਨੇ ਉਹਨਾਂ ਦੇ? ਹਾਲਾਤ ਉਹਨਾਂ ਦੇ ਅਸੀਂ ਤਾਂ ਪਹੁੰਚੇ ਹੀ ਹਾਂ ਜੀ, ਹਾਲਾਤ ਜਾ ਕੇ ਉਹਨਾਂ ਦੇ ਵੀ ਦੇਖਣੇ ਆ। ਅੱਛਾ ਹੌਸਪੀਟਲ ਲੈ ਗਏ ਨੇ? ਹਾਂਜੀ ਹਾਂਜੀ। ਕਿਹੜੇ ਹੌਸਪੀਟਲ ਖੜਿਆ? ਇਹ ਨਹੀਂ ਪਤਾ। ਇਹ ਨਹੀਂ ਪਤਾ ਸਰਕਾਰੀ ਇੱਥੇ ਗੁਰਦਾਸਪੁਰ। ਅਤੇ ਇਹ ਤੁਸੀਂ ਦੇਖਦੇ ਪਏ ਹੋ ਵੀ ਇੱਕ ਗੱਡੀ ਇਹ ਆ ਜਿਹੜੀ ਇਸ ਟਾਈਮ ਵੱਜੀ ਹੈ, ਅਤੇ ਇਸ ਗੱਡੀ ਦੇ ਅੱਗੇ ਜਿਹੜਾ ਆ ਮੋਟਰਸਾਈਕਲ ਵਾਲਾ ਚਕੋਕ ਪੈ ਗਿਆ। ਦੂਸਰੀ ਜਿਹੜੀ ਗੱਡੀ ਉਹ ਤੁਸੀਂ ਸਾਹਮਣੇ ਦੇਖਦੇ ਪਏ ਹੋ, ਗੱਡੀ ਜਿਹੜੀ ਹੈ ਉਹ ਜਿਹੜੀ ਹੈ ਪੂਰੀ ਤਰ੍ਹਾਂ ਵੱਜੀ ਹੈ। ਇਹ ਕਹਿੰਦੇ ਨੇ ਵੀ ਅਸੀਂ ਵੀ ਪਠਾਨਕੋਟੋਂ ਆ ਰਹੇ ਸੀ ਅਤੇ ਇਹ ਗੱਡੀ ਵਾਲੇ ਕਿੱਧਰੋਂ ਆ ਰਹੇ ਸੀ ਇਹਦੇ ਬਾਰੇ ਕੋਈ ਪਤਾ ਨਹੀਂ। ਮੋਟਰਸਾਈਕਲ ਵਾਲਾ ਕਹਿੰਦੇ ਨੇ ਵੀ ਰੋਂਗ ਸਾਈਡ ਤੋਂ ਜਿਹੜਾ ਆ ਰਿਹਾ ਸੀ, ਤਾਂ ਰੋਂਗ ਸਾਈਡ ਤੋਂ ਆਉਂਦੇ ਆਉਂਦੇ ਜਿਹੜੀ ਇਹ ਗੱਡੀ ਹੈ ਇਹ ਜਿਹੜਾ ਆ ਮੋਟਰਸਾਈਕਲ ਵਾਲਾ ਨਾਲ ਵੱਜ ਗਿਆ ਆ। ਅਤੇ ਗੱਡੀ ਤੁਸੀਂ ਦੇਖਦੇ ਪਏ ਹੋ ਵੀ ਗੱਡੀ ਇਸ ਟਾਈਮ ਪੂਰੀ ਤਰ੍ਹਾਂ ਜਿਹੜੀ ਹੈ ਪਲਟੀ ਹੋਈ ਹੈ। ਅਤੇ ਮੌਕੇ 'ਤੇ ਜਿਹੜੀ ਹੈ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਆ, ਜਿਹੜੀ ਧਾਰੀਵਾਲ ਪੁਲਿਸ ਆ ਉਹ ਪਹੁੰਚ ਚੁੱਕੀ ਹੈ, ਸਾਰੀ ਕਾਰਵਾਈ ਚੱਲਦੀ ਪਈ ਹੈ। ਬਾਕੀ ਦੀ ਗੱਲਬਾਤ ਜਿਹੜੀ ਕਰ ਲੈਂਦੇ ਹਾਂ। ਇਸ ਗੱਡੀ ਦਾ ਹੈਗਾ ਕੋਈ ਇੱਥੇ ਲਾਗੇ ਜਾਗੇ ਨਾਲ? ਕਿੱਥੇ ਜੀ? ਅਤੇ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਕਿ ਜਿਹੜਾ ਪ੍ਰਸ਼ਾਸਨ ਪਹੁੰਚ ਚੁੱਕਾ ਆ ਅਤੇ ਜੋ ਵੀ ਕਾਰਵਾਈ ਉਹ ਦੇਖੀ ਜਾ ਰਹੀ ਹੈ ਵੀ ਕਿਸ ਤਰ੍ਹਾਂ ਹੋਵੇਗੀ ਅਤੇ ਕੀ ਹੋ ਗਿਆ। ਅਤੇ ਬਾਕੀ ਮੋਟਰਸਾਈਕਲ ਵਾਲਾ ਤਾਂ ਸ਼ਾਇਦ ਸੱਟਾਂ ਲੱਗ ਚੁੱਕੀਆਂ ਹੋਣਗੀਆਂ, ਜਿਵੇਂ ਕਿ ਮੋਟਰਸਾਈਕਲ ਪਿਆ ਹੋਇਆ ਤੁਸੀਂ ਦੇਖਦੇ ਪਏ ਹੋ। ਦੇਖਦੇ ਹਾਂ ਵੀ ਉਹਦਾ ਵੀ ਕੀ ਹਾਲ ਹੋਇਆ ਆ। ਬਾਕੀ ਗੱਲਬਾਤ ਜਿਹੜੀ ਹੈ ਗੱਡੀ ਵਾਲੇ ਦੇ ਨਾਲ ਕਰ ਲੈਂਦੇ ਹਾਂ ਵੀ ਉਹਨਾਂ ਦੇ ਕਿਸ ਤਰ੍ਹਾਂ ਹੋਇਆ ਅਤੇ ਕੀ ਹੋਇਆ, ਕੀ ਗੱਡੀ ਜਿਹੜੀ ਕਿਸ ਤਰ੍ਹਾਂ ਵੱਜੀ, ਕੀ ਹੋ ਗਿਆ, ਕਿਸ ਤਰ੍ਹਾਂ ਹੋਇਆ, ਸਾਰੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ DP ਤੋਂ। ਤੁਸੀਂ ਦੇਖਦੇ ਪਏ ਹੋ ਜੀ ਮੇਰਾ DPC ਪੰਜਾਬੀ ਅਤੇ DPC ਪੰਜਾਬੀ ਅਸੀਂ ਹੁਣੇ ਤੁਹਾਨੂੰ ਲੈ ਕੇ ਪਹੁੰਚਿਆ ਜੀ ਸੋਲ ਹਾਈਵੇ ਦੇ ਉੱਤੇ। ਤੁਸੀਂ ਮੇਰੀ ਬੈਕ ਸਾਈਡ 'ਤੇ ਦੇਖਦੇ ਪਏ ਹੋ ਵੀ ਬਹੁਤ ਸਾਰੀ ਜਨਤਾ ਜਿਹੜੀ ਇਕੱਠੀ ਹੋਈ ਪਈ ਹੈ। ਇੱਕ ਗੱਡੀ ਜਿਹੜੀ ਵਰਨਾ ਉਹਦਾ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਦਾ ਜਿਹੜਾ ਆ ਇੱਥੇ ਐਕਸੀਡੈਂਟ ਹੋ ਚੁੱਕਾ ਆ। ਅਤੇ ਜਦੋਂ ਆਪਾਂ ਵਰਨਾ ਦੇ ਮਾਲਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਵਰਨਾ ਦੇ ਜਿਹੜੇ ਮਾਲਕ ਨੇ ਉਹ ਕੀ ਕਹਿੰਦੇ ਨੇ। ਹੈਲੋ ਭਾਈ। ਹੈਲੋ, ਹਾਂਜੀ, ਕਿਸ ਤਰ੍ਹਾਂ ਹੋਇਆ ਭਾਜੀ, ਦੱਸੋ ਮਾੜਾ ਜਿਹਾ। ਕੁਛ ਨਹੀਂ ਸਰ, ਆਪਾਂ ਮੈਂ ਆਪਣੀ ਵਾਈਫ ਦੇ ਨਾਲ ਆ ਰਿਹਾ ਸੀ ਡਲਹੌਜ਼ੀ ਤੋਂ, ਘੁੰਮ ਕੇ ਆ ਰਹੇ ਸੀ। 2 ਮਹੀਨੇ ਹੋਏ ਮੇਰੀ ਮੈਰਿਜ ਨੂੰ, ਠੀਕ ਹੈ, ਅਤੇ ਆਪਾਂ ਡਲਹੌਜ਼ੀ ਤੋਂ ਘੁੰਮ ਕੇ ਆ ਰਹੇ ਹਾਂ, ਠੀਕ ਹੈ, ਅਤੇ ਇੱਧਰ ਆਏ 6 ਵਜੇ ਦਾ ਟਾਈਮ ਸੀ। ਅਸੀਂ ਆਪਣੀ ਸਾਈਡ ਤੋਂ ਹੀ ਆ ਰਹੇ ਹਾਂ, ਮਸਾਂ 70-80 ਦੀ ਸਪੀਡ ਹੋਣੀ ਗੱਡੀ ਦੀ, ਆਪਣੀ ਸਾਈਡ 'ਤੇ ਆ ਰਹੇ ਹਾਂ ਅਤੇ ਇੱਕਦਮ ਦੋ ਜਣੇ ਆਏ ਮੁੰਡੇ ਸਪਲੈਂਡਰ 'ਤੇ, ਇਸੇ ਸੋਹਲ ਪਿੰਡ ਦੇ ਹੈਗੇ ਆ। ਦੋ ਜਣੇ ਸਪਲੈਂਡਰ 'ਤੇ ਆਏ ਰੋਂਗ ਸਾਈਡ 'ਤੇ, ਰੋਂਗ ਸਾਈਡ 'ਤੇ ਆਉਂਦੇ ਆਉਂਦੇ ਇੱਕਦਮ ਰੋਡ ਦੇ, ਪਤਾ ਨਹੀਂ ਹਾਸੇ ਮਜ਼ਾਕ ਦੇ ਵਿੱਚ ਕਰਦੇ ਕਰਦੇ ਇੱਕਦਮ ਰੋਡ ਦੇ ਵਿੱਚ ਘਰ ਆ ਗਏ, ਜਿਹਦੇ ਕਰਕੇ ਮੈਂ ਗੱਡੀ ਦੀ ਬ੍ਰੇਕ ਲਗਾਈ, ਬਹੁਤ ਕੋਸ਼ਿਸ਼ ਕੀਤੀ ਕੰਟਰੋਲ ਕਰਨ ਦੀ, ਪਰ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਹੈ। ਸਟੀਅਰਿੰਗ ਮੈਂ ਸਾਰਾ ਖੱਬੇ ਬੰਨੇ ਘੁਮਾਤਾ, ਅਤੇ ਗੱਡੀ ਪੂਰੀ ਪਲਟ ਗਈ ਆ। ਹੁਣ ਜਿਹੜੇ ਹਾਲਾਤ ਨੂੰ ਕਿਵੇਂ ਨੇ ਮੋਟਰਸਾਈਕਲ ਵਾਲਿਆਂ ਦੇ? ਮੋਟਰਸਾਈਕਲ ਵਾਲੇ 2 ਜਣੇ ਆ, ਆਪਾਂ ਤਾਂ ਚਲੋ ਗੱਡੀ 'ਚ ਹੀ ਤਾਂ ਥੋੜ੍ਹਾ ਬਹੁਤਾ ਬਚਾਅ ਆ, ਉਹਨਾਂ ਦੇ ਥੋੜ੍ਹੀਆਂ ਲੱਗੀਆਂ ਸੱਟਾਂ ਹੌਸਪੀਟਲ ਲੈ ਕੇ ਗਏ ਨੇ, ਬਾਕੀ ਹੁਣ ਦੇਖੋ ਜਾ ਕੇ ਪਤਾ ਲੱਗੂਗਾ। ਅਤੇ ਨਹੀਂ, ਹੋਸ਼ ਦੇ ਵਿੱਚ ਸੀ, ਮਤਲਬ ਕਿ ਦੋਨਾਂ ਸਾਹ ਸੂਹ ਦੇ ਸਾਰੇ ਚੰਗੇ ਭਲੇ, ਮਤਲਬ ਕਿ ਹੋਸ਼ ਦੇ ਵਿੱਚ ਸੀ, ਮਤਲਬ ਕਿ ਬੋਲ ਨਹੀਂ ਪਾ ਰਹੇ ਬਸ ਸੱਟਾ ਸੁੱਟਾ ਲੱਗਣ ਦੇ ਕਾਰਨ।
ਗੱਡੀ ਦਾ ਜੇ ਸਰ ਖਤਮ ਹੀ ਹੋ ਗਈ ਆ ਦੇਖ ਸਕਦੇ ਹੋ ਸਾਰੇ ਵੀਲ ਤਾਂ ਵੀਲ ਤੱਕ ਟੇਡੇ ਹੋ ਗਏ ਗੱਡੀ ਦੇ ਸ਼ੀਸ਼ੇ ਤੱਕ ਸਾਰੇ ਤੁਹਾਡੇ ਨਾਲ ਹੋਰ ਕੌਣ ਸੀ ਵਾਈਫ ਮੇਰੀ ਵਾਈਫ ਸੀ ਨਾਲ ਹਾਂਜੀ ਆਪਾਂ ਦੋ ਜਣੇ ਸੀ ਵਾਈਫ ਥੋੜੀਆਂ ਵਧੀਆ ਸੱਟਾਂ ਲੱਗੀਆਂ ਵਾ ਬਸ ਹੱਥ ਹੁੱਥ ਤੇ ਲੱਗੀਆਂ ਫੋਨ ਫੂਨ ਸਾਰੇ ਮਤਲਬ ਕਿ ਹਰ ਚੀਜ਼ ਬਾਕੀ ਖਤਮ ਹੋ ਗਈ ਆ ਹਾਂਜੀ ਗੱਡੀ ਵੀ ਸਾਰੀ ਟੁੱਟੀ ਗਈ ਇੱਕ ਹਿਸਾਬ ਦੀ ਹਾਂਜੀ ਕਾਰਵਾਈ ਕਰਾਂਗੇ ਮਲਾਇਆ ਵਗੈਰਾ ਵੀ ਕਰਾਵਾਂਗੇ ਅਤੇ ਮਤਲਬ ਕਿ ਲਾਇਸੈਂਸ ਵਗੈਰਾ ਹਰ ਚੀਜ਼ ਜੋ ਵੀ ਇਹ ਕਾਰਵਾਈ ਹੁੰਦੀ ਸਾਰੀ ਕਰਾਂਗੇ ਕਿਉਂਕਿ ਰੋਂਗ ਸਾਈਡ ਤੋਂ ਆ ਰਹੇ ਆ ਗਲਤੀ ਦੇ ਜਿੰਨੇ ਵੀ ਜਾਣੇ ਤੇ ਸਾਰੇ ਮੌਜੂਦ ਆ ਗਲਤੀ ਦੇ ਸਾਰੇ ਉਹਨਾਂ ਦੀ ਹੀ ਕੱਢ ਰਹੇ ਆ ਕਿਉਂਕਿ ਗਲਤੀ ਹੈ ਵੀ ਉਹਨਾਂ ਦੀ ਹੈ ਮੈਂ ਤਾਂ ਆਪਣੀ ਮਿਸਿਜ਼ ਦੇ ਨਾਲ ਆ ਰਿਹਾ ਸੀ ਠੀਕ ਆ 70-80 ਦੀ ਸਪੀਡ 'ਤੇ ਮਸਾ ਹੀ ਹੈਗੇ ਸੀ ਅਤੇ ਉਹ ਰੋਂਗ ਸਾਈਡ 'ਤੇ ਆ ਰਹੇ ਬਿਲਕੁਲ ਅਤੇ ਰੋਂਗ ਸਾਈਡ 'ਤੇ ਆਉਣ ਦਾ ਕੋਈ ਮਤਲਬ ਹੀ ਨਹੀਂ ਆ ਉਹ ਇੰਨੇ ਵੇਰ ਰਸਤੇ ਰੋਡ ਬਣਾਈ ਆ ਕਾਹਦੇ ਵਾਸਤੇ ਬਣਾਈ ਆ ਉੱਧਰੋਂ ਆਉਣ ਮੇਰੇ ਮਗਰ ਇੱਕ ਹੋਰ ਗੱਡੀ ਵੀ ਨਾਲ ਮੇਰੇ ਬਲਕਿ ਬਿਲਕੁਲ ਉਹ ਵੀ ਮੁੰਡਾ ਡਰਾਈਵਰ ਹੀ ਆ ਜਿਹੜਾ ਚੰਗਾ ਭਲਾ ਬਿਲਕੁਲ ਮੇਰੇ ਮਗਰ ਉਹ ਆ ਰਿਹਾ ਸੀ ਅਤੇ ਉਹਨੂੰ ਵੀ ਪਤਾ ਵਾ ਕਿ ਇਸ ਬਾਈਕ ਵਾਲਾ ਕਿੱਦਾਂ ਵਿਚਕਾਰ ਆਇਆ ਵਾ ਉਹਨੇ ਵੀ ਬ੍ਰੇਕ ਲਗਾਈ ਆ ਮੇਰੀ ਗੱਡੀ ਦੇ ਨਾਲ ਟਕਰਾਈ ਆ ਉਹਦੀ ਗੱਡੀ ਮੇਰੇ ਨਾਲ ਟਕਰਾਈ ਆ ਅਤੇ ਮੇਰੀ ਗੱਡੀ ਬਾਈਕ ਨਾਲ ਟਕਰਾਈ ਆ ਅਤੇ ਬਾਈਕ ਜਿਹੜੀ ਆ ਪਲਟ ਗਈ ਆ ਆਪਾਂ ਡਲਹੌਜੀ ਤੋਂ ਆ ਰਿਹਾ ਮੈਂ ਆਪਣੇ ਘਰ ਜਾ ਰਿਹਾ ਸੀ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਦੇ ਰਹਿਣ ਵਾਲਾ ਨਾ ਨਾ ਆਈ ਆ ਪੁਲਿਸ ਵਗੈਰੇ ਆਈ ਆ ਸਾਰੀ ਕਾਰਵਾਈ ਕਰਦੇ ਪਏ ਆ ਜੋ ਵੀ ਅੱਗੋਂ ਹੋਏਗਾ ਸਾਰਾ ਕਰਨਗੇ ਮੈਂ ਸ਼ਿਵ ਸੈਨਾ ਪੰਜਾਬ ਪ੍ਰਧਾਨ ਆ ਅੰਮ੍ਰਿਤਸਰ ਤੋਂ ਹੀ ਹਾਂਜੀ ਪੇਪਰ ਵਗੈਰਾ ਜੋ ਵੀ ਲਾਇਸੈਂਸ ਵਗੈਰਾ ਉਹਨਾਂ ਦੇ ਵੀ ਹੋਣਗੇ ਜੋ ਵੀ ਬਿਲਕੁਲ ਕੰਪਲੀਟ ਆ ਸਰ ਔਨਲਾਈਨ ਚੈੱਕ ਕਰ ਸਕਦੇ ਜਿਵੇਂ ਮਰਜ਼ੀ ਹਾਂਜੀ ਚਲੋ ਦੱਸ ਦਿਓ ਕੁਝ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਹੋਇਆ ਅੱਜ ਇਸ 'ਤੇ ਇਹ ਹਾਈਵੇ ਦੇ ਇੱਕ ਐਕਸੀਡੈਂਟ ਦੀ ਖਬਰ ਮਿਲੀ ਵੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਤਰਨ ਸ਼ਰਮਾ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਇੱਧਰੋਂ ਜਦੋਂ ਆ ਰਹੇ ਸੀ ਅੰਮ੍ਰਿਤਸਰ ਨੂੰ ਜਾਣ ਵਾਸਤੇ ਅਤੇ ਇੱਧਰੋਂ ਮੋਟਰਸਾਈਕਲ 16 ਪਿੰਡਾਂ ਵਾਲੇ ਬਸ ਰੋਂਗ ਸਾਈਡ ਤੋਂ ਆਇਆ ਉਹ ਪਤਾ ਨਹੀਂ ਉਹਨਾਂ ਨੂੰ ਭੁਲੇਖਾ ਲੱਗ ਗਿਆ ਜਾਂ ਕੀ ਚੱਕਰ ਹੋਇਆ ਉਹ ਤਾਂ ਹੁਣ ਬਿਆਨ ਲਵਾਂਗੇ ਮੁੰਡਿਆਂ ਦੇ ਵੀ ਕੀ ਕਹਿੰਦੇ ਕਿਹੜੇ ਸਾਰਾ ਐਕਸੀਡੈਂਟ ਉਹ ਦਾਖਲਾ ਦੋਨੇ ਅਤੇ ਐਕਸੀਡੈਂਟ ਵੀ ਗੱਡੀ ਪਲਟ ਗਈ ਗੱਡੀ ਬ੍ਰੇਕ ਕਾਫੀ ਮਾਰੀ ਹੈ ਪਰ ਚਲੋ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਹਾਦਸਾ ਹੋ ਗਿਆ ਉਹਨਾਂ ਨੂੰ ਅਗਲੀ ਕਾਰ ਵੀ ਦੇਖਣੇ ਵੀ ਕੀ ਬਣਦਾ ਬਿਆਨ ਦੇ ਹਿਸਾਬ ਨਾਲ ਜ਼ਿਆਦਾ ਮੋਟਰਸਾਈਕਲ ਵਾਲੇ ਇੰਜਰਡ ਹੋਏ ਆ ਨਾ ਮੋਟਰਸਾਈਕਲ ਜ਼ਿਆਦਾ ਇੰਜਰਡ ਹੋਇਆ ਇਹ ਗੱਡੀ ਵਾਲੇ ਵੈਸੇ ਨਹੀਂ ਇਹੀ ਮੋਟਰਸਾਈਕਲ ਵਾਲੇ ਜੀ ਹਾਂ ਇਹ ਮੋਟਰਸਾਈਕਲ ਵਾਲੇ ਮੋਟਰਸਾਈਕਲ ਦੇ ਹਾਂ ਜੀ ਅਤੇ ਹੁਣ ਕੀ ਕਾਰਵਾਈ ਤੁਸੀਂ ਮਤਲਬ ਹੁਣ ਬਿਆਨ ਲਵਾਂਗੇ ਮੋਟਰਸਾਈਕਲਾਂ ਦੇ ਉਹ ਵੇਖਣਾ ਹਸਪਤਾਲ ਜਾਂਦੇ ਹਸਪਤਾਲ ਜਾ ਕੇ ਵੇਖਣਾ ਕੀ ਕਾਰਵਾਈ ਕਰਨੀ ਬਾਕੀ ਕਾਰਵਾਈ ਕਰਾਂਗੇ ਅਤੇ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਲਗਾਤਾਰ ਜਿਹੜੀਆਂ DPC ਪੰਜਾਬੀ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਿ ਗੱਡੀ ਜਿਹੜੀ ਪਲਟੀ ਹੋਈ ਹੈ ਇਹਨੂੰ ਸਿੱਧੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਨਤਾ ਵੱਲੋਂ ਜਿਹੜੀ ਹੈ ਗੱਡੀ ਨੂੰ ਸਿੱਧਿਆ ਕਰਨ ਦੀ ਜਿਹੜੀ ਪੁਰਜ਼ੋਰ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜੇ ਗੱਡੀ ਸਿੱਧੀ ਹੋ ਜਾਂਦੀ ਹੈ ਪਰ ਫਿਰ ਵੀ ਕਾਫੀ ਜ਼ਿਆਦਾ ਜਿਹੜਾ ਗੱਡੀ ਦਾ ਨੁਕਸਾਨ ਹੈ ਉਹ ਤੁਸੀਂ ਦੇਖਦੇ ਪਏ ਹੋ ਵੀ ਹੋਇਆ ਆ ਗੱਡੀ ਜਿਹੜੀ ਹੈ ਪੂਰੀ ਤਰ੍ਹਾਂ ਇੱਥੇ ਪਲਟ ਚੁੱਕੀ ਹੈ ਅਤੇ ਇਸ ਟਾਈਮ ਜਿਹੜਾ ਆ ਨੁਕਸਾਨ ਵੀ ਜਿਹੜਾ ਆ ਕਾਫੀ ਜ਼ਿਆਦਾ ਗੱਡੀ ਦਾ ਹੋਇਆ ਆ ਗੱਡੀ ਨੂੰ ਸਿੱਧਾ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਾਫੀ ਜ਼ਿਆਦਾ ਲੋਕ ਜਿਹੜੇ ਆ ਇਹਦੇ ਵਿੱਚ ਜਿਹੜਾ ਆ ਹੈਲਪ ਕਰਦੇ ਪਏ ਨੇ ਅਤੇ ਗੱਡੀ ਤੁਸੀਂ ਦੇਖਦੇ ਪਏ ਹੋ ਕਾਫੀ ਜ਼ਿਆਦਾ ਜਿਹੜਾ ਗੱਡੀ ਦਾ ਜਿਹੜਾ ਨੁਕਸਾਨ ਜਿਹੜਾ ਆ ਹੋ ਚੁੱਕਿਆ ਆ ਗੱਡੀ ਪੂਰੀ ਤਰ੍ਹਾਂ ਜਿਹੜੀ ਹੈ ਖਤਮ ਹੋ ਚੁੱਕੀ ਹੈ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਇਸ ਗੱਡੀ ਦਾ ਹੋਇਆ ਪਿਆ ਆ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ DPC ਪੰਜਾਬੀ ਦੇ ਉੱਤੇ ਹੀ ਇਹ ਖਬਰਾਂ